ਜੀਓਗ੍ਰਾਫੀ ਦੇ ਵਿੱਚ ਇੱਕ ਚੈਪਟਰ ਆਉਂਦਾ ਜੀ ਗਲੋਬ ਦਾ, ਠੀਕ ਹੈ। ਪ੍ਰੈਕਟੀਕਲੀ ਦੱਸਦਾ ਤਾਂ ਨੌਲੇਜ ਕਿਸ ਤਰ੍ਹਾਂ ਦੇ ਕੁਐਸਚਨ ਆਉਂਦੇ ਆ। ਗਲੋਬ ਫਸਟ ਕੁਐਸਚਨ ਦੇ ਅਕੋਰਡਿੰਗ ਹੀ ਆਪਾਂ ਦੇਖ ਲਈਏ ਤਾਂ ਕੁਐਸਚਨ ਇਹ ਬਣ ਜਾਂਦਾ ਵੀ ਧਰਤੀ ਦਾ ਮਾਡਲ ਉਹਨੂੰ ਕੀ ਨਾਮ ਦਿੱਤਾ ਜਾਂਦਾ, ਉਹਨੂੰ ਗਲੋਬ ਦਿੱਤਾ ਜਾਂਦਾ, ਠੀਕ ਹੈ। ਗਲੋਬ ਆ ਜਿਹੜਾ ਉਹਨੂੰ ਜਿਹੜਾ ਹਾਫ ਡਿਵੀਜ਼ਨ ਹੁੰਦੀ ਹੈ, ਮੀਨਸ ਇੱਕ ਨਾਰਦਰਨ ਹੈਮੀਸਫੀਅਰ ਬਣੇਗਾ ਜੀ ਆਹ, ਜਿਸ ਨੂੰ ਉੱਤਰੀ ਅਰਧ ਗੋਲਾ ਬੋਲਦੇ ਆ, ਠੀਕ ਹੈ। ਇਹਨੂੰ ਬੋਲਦੇ ਆ ਦੱਖਣੀ ਅਰਧ ਗੋਲਾ, ਇਹ ਨਾਰਦਰਨ ਹੈਮੀਸਫੀਅਰ ਚ ਆ ਜਾਏਗਾ, ਇਹ ਸਾਊਦਰਨ ਹੈਮੀਸਫੀਅਰ ਹੋ ਜਾਏਗਾ। ਤਾਂ ਇਹਦੇ ਵਿੱਚ ਧਰਤੀ ਦੇ ਉੱਪਰ ਗ੍ਰੇਟੈਸਟ ਸਰਕਲ, ਵਿਚ ਇਸ ਦਾ ਗ੍ਰੇਟੈਸਟ ਸਰਕਲ ਆਉਂਦਾ ਅਰਥ, ਧਰਤੀ ਉੱਪਰ ਸਭ ਤੋਂ ਵੱਡਾ ਚੱਕਰ ਕਿਹੜਾ ਹੈ? ਆਂਸਰ ਹੁੰਦਾ ਜੀ ਭੂਮੱਧ ਰੇਖਾ, ਠੀਕ ਹੈ। ਭੂਮੱਧ ਰੇਖਾ ਮੀਨਸ ਜਿਹੜੀ ਧਰਤੀ ਦੇ ਉੱਪਰ ਸਭ ਤੋਂ ਵੱਡਾ ਸਰਕਲ ਹੈ। ਭੂਮੱਧ ਰੇਖਾ ਕੀ ਹੈ ਜੀ? ਜਿਹੜੀ ਧਰਤੀ ਨੂੰ ਦੋ ਭਾਗਾਂ ਦੇ ਵਿੱਚ ਵੰਡਦੀ ਹੈ, ਦੈਟ ਡਿਵਾਈਡ ਦਾ ਅਰਥ ਇੰਟੂ ਟੂ ਹਾਫ, ਧਰਤੀ ਨੂੰ ਦੋ ਭਾਗਾਂ ਚ ਵੰਡਣ ਵਾਲੀ। ਹਾਂਜੀ, ਭੂਮੱਧ ਰੇਖਾ ਦੈਟ ਇਜ਼ ਇਕੁਏਟਰ, ਜਿਹੜੀ ਧਰਤੀ ਨੂੰ ਦੋ ਪਾਰਟਸ ਦੇ ਵਿੱਚ ਡਿਵਾਈਡ ਕਰਦੀ ਹੈ, ਠੀਕ ਹੈ। ਆਪਣੇ ਕੋਲ ਲੈਟੀਟਿਊਡਸ, ਇਹਨਾਂ ਨੂੰ ਲੈਟੀਟਿਊਡਸ ਬੋਲਦੇ ਆ ਜੀ। ਤਾਂ ਗਲੋਬ ਦੇ ਉੱਪਰ ਲੈਟੀਟਿਊਡਸ, ਜੇ ਤੁਹਾਨੂੰ ਇੰਪੋਰਟੈਂਟ ਲੈਟੀਟਿਊਡਸ ਦੀ ਗਿਣਤੀ ਪੁੱਛੀ ਜਾਊਗੀ ਤਾਂ ਉਹ 5 ਹੁੰਦੀ ਹੈ, ਜਿਹਦੇ ਵਿੱਚ ਜ਼ੀਰੋ ਡਿਗਰੀ ਇਕੁਏਟਰ ਆ ਜਾਏਗਾ, 23.5 ਡਿਗਰੀ 23.5 ਨੌਰਥ, ਜਿਹਨੂੰ ਅਸੀਂ ਕਰਕ ਰੇਖਾ ਬੋਲਦੇ ਹਾਂ, ਇੱਕ ਇਹ ਚੀਜ਼ ਬਣੇਗੀ, ਓਕੇ। ਉਸ ਤੋਂ ਬਾਅਦ ਜਿਹੜਾ ਆਏਗਾ 66.5 ਡਿਗਰੀ ਨੌਰਥ, ਇਹਨੂੰ ਬੋਲਦੇ ਆਰਕਟਿਕ ਸਰਕਲ ਜਾਂ ਆਰਕਟਿਕ ਚੱਕਰ ਕਿਹਾ ਜਾਂਦਾ, ਇਹ ਡਿਮੈਂਸ਼ਨ ਹੋਏਗੀ। ਉਸ ਤੋਂ ਬਾਅਦ ਨੀਚੇ ਜਿਹੜੀ ਲਾਈਨਸ ਬਣਦੇ ਹੈ 23.5 ਡਿਗਰੀ ਸਾਊਥ, ਟ੍ਰੋਪਿਕ ਆਫ ਕੈਪਰੀਕੋਰਨ, ਜਿਹਨੂੰ ਮਕਰ ਰੇਖਾ ਬੋਲਿਆ ਜਾਂਦਾ ਹੈ। ਇਹਦੇ ਵਿੱਚ ਇਹ ਬਣੇਗਾ ਫਿਰ 66.5 ਡਿਗਰੀ ਸਾਊਥ ਦੇ ਵਿੱਚ ਬਣ ਜਾਏਗਾ ਅੰਟਾਰਕਟਿਕ, ਅੰਟਾਰਕਟਿਕ ਸਰਕਲ। ਇੰਪੋਰਟੈਂਟ ਲੈਟੀਟਿਊਡ ਤੁਹਾਨੂੰ ਪੁੱਛੇ ਜਾਣਗੇ ਤਾਂ 5 ਹੈ, ਠੀਕ ਹੈ। ਆਰਕਟਿਕ ਚੱਕਰ, ਆਰਕਟਿਕ ਚੱਕਰ ਹੈ ਜਿਹੜਾ ਉਹ ਉੱਪਰ ਵਾਲੇ ਪਾਸੇ ਹੈ ਜੀ, ਅੰਟਾਰਕਟਿਕ ਚੱਕਰ ਹੈ ਜਿਹੜਾ ਉਹ ਨੀਚੇ ਵਾਲੇ ਪਾਸੇ ਹੈ। ਇਹਨੂੰ ਨੌਰਥ ਪੋਲ, ਇਹਨੂੰ ਸਾਊਥ ਪੋਲ ਕਿਹਾ ਜਾਂਦਾ। ਇੱਥੇ ਦੋ ਕੁਸ਼ਚਨ ਹੋਰ ਵੀ ਬਣ ਜਾਂਦੇ ਆ, ਨੌਰਥ ਪੋਲ ਦੀ ਖੋਜ ਕਿਹਨੇ ਕੀਤੀ ਸੀ? ਨੌਰਥ ਪੋਲ ਦੀ ਖੋਜ ਹੈ ਜਿਹੜੀ ਰੋਬਰਟ ਪੈਰੀ ਨੇ ਕੀਤੀ ਹੈ ਜੀ, ਰੋਬਰਟ ਪੈਰੀ। ਸਾਊਥ ਪੋਲ ਦੀ ਖੋਜ ਜਿਹੜੀ ਕੀਤੀ ਹੈ ਐਮੰਡਸਨ, ਇਹਨਾਂ ਦੋ ਵਿਅਕਤੀਆਂ ਦੁਆਰਾ ਸਾਊਥ ਆਪਣਾ ਨੌਰਥ ਪੋਲ ਤੇ ਸਾਊਥ ਪੋਲ ਦੀ ਜਿਹੜੀ ਖੋਜ ਕੀਤੀ ਗਈ ਹੈ, ਓਕੇ। 5 ਲੈਟੀਟਿਊਡਸ ਹੈ ਜੀ, ਓਕੇ, ਜਿਹਨਾਂ ਨੂੰ ਮੀਨਸ ਅਕਸ਼ਾਂਸ਼ ਰੇਖਾਵਾਂ ਕਹਿੰਦੇ ਹਾਂ। ਅੱਜ ਦਾ ਜਿਹੜਾ ਟੋਪਿਕ ਹੈ ਸਾਡਾ ਗਲੋਬ ਹੈ, ਤੇ ਗਲੋਬ ਦੇ ਵਿੱਚ ਕਿਹੜੀਆਂ ਕਿਹੜੀਆਂ ਚੀਜ਼ਾਂ ਕਿਸ ਤਰੀਕੇ ਨਾਲ ਹੁੰਦੀਆਂ ਉਹ ਸਾਰੀਆਂ ਡਿਸਕਸ ਕਰਾਂਗੇ ਆਪਾਂ ਮੇਨ ਪਾਸਟ ਦੇ ਪੜ੍ਹੇ, ਠੀਕ ਹੈ। ਤਾਂ ਅਕਸ਼ਾਂਸ਼ ਰੇਖਾਵਾਂ ਕੀ ਹਨ? ਇੱਕ ਕੁਐਸਚਨ ਇਹ ਬਣ ਜੇ ਤੁਹਾਨੂੰ ਐਗਜ਼ਾਮ 'ਚ, ਮੰਨ ਲਓ ਕੁਐਸਚਨ ਮਿਲਦਾ ਹੈ ਕਿ ਅਕਸ਼ਾਂਸ਼ ਰੇਖਾਵਾਂ ਕੀ ਹਨ, ਤਾਂ ਤੁਹਾਡਾ ਆਂਸਰ ਹੋਏਗਾ ਜੀ ਚੱਕਰ। ਇਹ ਤੁਹਾਡੇ ਕੁਐਸਚਨ ਦਾ ਆਂਸਰ ਹੈ, ਕਿਉਂ? ਕਿਉਂਕਿ ਇਹ ਈਸਟ ਤੋਂ ਲੈ ਕੇ ਵੈਸਟ ਤੱਕ ਚੱਲਦੀਆਂ ਜੀ, ਇਹ ਇਸ ਤਰੀਕੇ ਨਾਲ ਚੱਲਦੀਆਂ, ਇਹ ਚੱਕਰ ਹੁੰਦੇ ਸਾਰੀਆਂ। ਓਕੇ, ਅਕਸ਼ਾਂਸ਼ ਰੇਖਾਵਾਂ ਕੀ ਹੈ? ਸਾਰੀਆਂ ਚੱਕਰ ਹੁੰਦੇ। ਉਸ ਤੋਂ ਬਾਅਦ ਜੇ ਤੁਸੀਂ ਆਹ ਨੋਟ ਡਾਊਨ ਕਰ ਲਿਆ ਜਾਂ ਸਕਰੀਨਸ਼ਾਟ ਲੈ ਲਿਆ ਤਾਂ ਪਲੀਜ਼ ਦੱਸੋ ਮੈਨੂੰ, ਰੇਜ਼ ਕਰਾਂ ਐਂਡ ਰੇਜ਼ ਕਰਕੇ ਦੱਸੋ ਮੈਨੂੰ ਜਲਦੀ। ਹਾਂਜੀ ਦੱਸੋ ਪਲੀਜ਼।
इंपॉर्टेंट लैटिट्यूड पूछे जाएंगे तो 5 होंगे, जे लैटिट्यूड की गिनती पूछी जाऊगी तो 180 होगी, जिदे लैटीट्यूड जी रेखावां होंदियां हन इन्हां नूं की कहिंदे आ, दीज आर द सर्कल्स, इन्हां नूं चक्कर बोलिया जांदा जिहड़ियां ईस्ट तो लैके वैस्ट तक जांदियां, ठीक है। इन्हां दी जे गिनती पुछणगे तां 180 होगी, जे टोटल गिनती पुछी जाऊगी तां इहदे विच इक ऐड होर हो जाणी आ, तां टोटल बणेगी 181, कहिड़ी उहदे विच भूमध रेखा भी ऐड हो जाएगी, क्योंकि 90 लैटीट्यूड दी रेखावां भूमध रेखा तो उपर होंदियां, 90 ही भूमध रेखा तो हेठले वाले पासे होंगी, ठीक है। अक्षांश रेखावां की गिनती पूछी जाए तो 180, कुल अक्षांश पूछे जाएंगे तो सॉरी 181 हो जाएगा जी, कुल अक्षांश पूछेंगे जिसे 0° इक्वेटर भी ऐड हो जाएगा, ओके। दैन उस बाद एक अक्षांश रेखा ए वाली है, एक अक्षांश रेखा ए वाली है, इन दोनों के बीच जो डिस्टेंस पूछा जाए, वट इज द डिस्टेंस बिटवीन द अक्षांश मीन लैटीट्यूड, तो वह 111 किलोमीटर होंगे जी, एक अक्षांश की दूसरे अक्षांश तो दूरी कितनी होंगी है 111 किलोमीटर, एक क्वेश्चन ये बनता है। फिर उस बाद अक्षांश रेखावां का यूजस की है, इनू असं किस चीज लिए वरतते हैं, ठीक है, किसी भी जगह या स्थान को लभन के लिए, कोई भी लैटीट्यूड नंबर तुम्हें पता है तो तुम वर्ल्ड मैप के उपर उस चीज़ को फाइंड कर सकते हो, ठीक है, क्लीयर हो गया। अपने को 181 ही है, टोटल पूछे जाएंगे तो 181 होएगी, आप इन्हों का डिस्टेंस पूछा जाएगा तो 111 किलोमीटर होएगा। इन्होंने यूजेस किस तरीके के लिए है, किसी भी जगह या स्थान को लभन के लिए, ठीक है। ये हैं कि लैटीट्यूड की है, अक्षांश रेखावां की है, ये चक्कर हैं, ये किधर तो किधर चल रही है जी, ये ईस्ट को लैके वैस्ट तक चल रही है, ये सब तो वड्डा सर्कल पूछा जाए, सब तो वड्डा चक्कर पूछा जाएगा, आंसर तुहाडा होएगा भूमध रेखा या इक्वेटर, क्लीयर। अगे चलते हैं, इन्हों बोलते हैं जी लैटीट्यूड्स, मीनस लेटवीं रेखावां तो तुम याद रख सकते हो, इन्हों ये सारिया लेटवीं रेखावां जी इस तरीके के नाल जिन्हों अक्षांश बोलिया जाता है, लैटीट्यूड बोलिया जाता है, दीज आर द इमेजिनरी लाइन्स, इमेजिनरी लाइन्स मीन्स एक काल्पनिक रेखावां जी, काल्पनिक रेखावां मीन्स एक्चुअल दे विच साडी धरती जां ग्लोब दे उपर नहीं हैगियां, ये इमेजिन किया होया, ठीक है, मैजर किस लिए किया हुआ, किसी भी जगह या स्थान को फाइंड करने के लिए एक डिमेंशन डिवाइड की जाती है, क्लीयर। तो जी इंडिया के गुजरती है लाइन वो आ वाली है 23.5 से 23.5 डिग्री नॉर्थ, जिन्होंने असं कर्क रेखा कहते, ओके। जी मान लो इतने साडा भारत है, तो भारत के गुजरे, तो भारत के किन्ने स्टेट्स के लंघती है जी, 8 स्टेट है, ये भी क्वेश्चन आ चुका है। नैक्सट आप पैरल लैके चलते हैं, नैक्सट पैरल के स्टडी करा, लोंगीट्यूड्स की गल करा, लोंगीट्यूड्स के लोंगीट्यूड्स के जिहड़ियां रेखावां नॉर्थ पोल तो लैके साउथ पोल तक चलनगियां वो सारिया लोंगीट्यूड्स होंगे जी, इन्हों लोंगीट्यूड्स बोलते, एंड दीज आर द सैमी सर्कल्स, सैमी सर्कल मीनस ये अर्ध चक्कर होंगे, ये वाली रेखावान सैमी सर्कल बोलिया जाता, जीडिया उत्तरी ध्रुव तो लैके दक्षिणी ध्रुव तक चलन, तो यह होंगे जी अर्ध चक्कर। इस तरह ही जिमें इधरले पासे 0° लाइन सी, इतने भी एक 0° लाइन है, उस 0° लाइन में प्राइम मैरिडियन का नाम दिता जाता जी, प्राइम मैरिडियन पंजाबी च बोलते जी, उन्होंने मुख माध्यम रेखा, एक क्वेश्चन आ चुके हैं, क्वेश्चन ये जी कि मुख माध्यम रेखा कितों लंघती है, प्राइम मैरिडियन पासिस थ्रू किस देश विचों होकर लंघती है जी प्राइम मैरिडियन, थोड़े जो किसी को पता था प्लीज रिप्लाई करो,
आंसर जो है जो थोड़ी जो किसी को क्लियर है, लंदन पूरा नाम दसो जी, लंदन का पूरा नाम दसो। लंदन, लंदन सही है पर हाफ ही उसके नाल एक प्लेस है लंदन के विच, ग्रीन ग्रीन विच सर, हाँ उन्होंने बोल दिया ग्रीन विच, ग्रीन विच लंदन है। इन मुख्य मार्ग रेखा बोले जाएगा जी, इवन के जे इन प्राइम मेरिडियन क्वेश्चन के विच नहीं आता पंजाबी वर्जन के विच तां चीज मिल जाएगी, उस तो बाद इन्हू जीरो डिग्री लोंगीट्यूड भी लिखा मिल सकता है, इन्हू जीरो डिग्री लोंगीट्यूड, क्योंकि जी वाली रेखाव होंगे इन्हों दिशांतर बोलते, ये दिशांतर रेखाव होंगे, इन्हों की गिनती पूछी जाऊगी तो 360 जिम्मे एक बॉल आया जो सर्कल है वो पूरी राउंड शेप असर एरिया देखिए तो 360 का होंगे, वो एक पॉइंट तो लैके दूसरे पॉइंट तक उपर तो नीचे तक असं लाइना ड्रॉ कर दिए तो वो सैमी सर्कल बन जाएंगे सारे, जो सैमी सर्कल रेखाव होंगे जी ये 360 होंगे 360 जिथे जाके ये इस तरीके दिखाई देती है, बाकी जो दूसरी रेखाव होंगे वो जी आप लैटीट्यूड की गल की है उन्होंने शेप इस तरह होंगी क्योंकि वो सर्कल बने होंगे इस तरीके के सर्कल। ओके जो लैटीट्यूड एंड लोंगीट्यूड इंटरसैक्ट होंगे आपस के कटते हैं, सपोज आ लोंगीट्यूड है आ लैटीट्यूड है, ये आपस के कट रहे जी एक दूसरे को इंटरसैक्ट कर रहे जी, ठीक है तो इन्हू पूछा जाता भी जो लोंगीट्यूड एंड लैटीट्यूड आपस में कट दी तो उस चीज़ को की नाम दिता जाता है, उस चीज़ को ग्रिड बोलते हैं, उस चीज़ को ग्रिड का नाम दिता जाता, ग्रिड मीन्स एक जाल बना रेखाव मिलकर। थ्री सिक्सटी नहीं या एक साइड 360, हाँ जी ये टोटल ही 360 है जी, ये एक साइड नहीं, देखो तो एक पिक्चर जिम्मे मैं इतने 3D पिक्चर नहीं है मेरे को वाइट बोर्ड के उपर तुम्हें मैं दिखा रहा तो आपको तो एक साइड दिखाई देगी, तुम फुटबॉल ले लो तो फुटबॉल का जो एरिया होगा 360 होगा, कोई भी सर्कल वाली चीज़ हो 360 एरिया की होगी, ठीक है ये एक साइड होगा, जे आप डबल कर देंगे फिर तो 720 बन जाएंगे, नहीं वो गलत हो जाएगा, दिशांतर रेखावां की गिनती तुम्हें पूछी जाऊगी तो 360 है, ठीक है अक्षांश रेखावां की गिनती पूछी जाऊगी 180 है, क्लीयर। ओके जिम्मे असं इन्हों चीजा की वरतों जिड़िया लैटीट्यूड रेखाव से यह असी स्थान कोई भी प्लेस है जोड़ा वर्ल्ड के फाइंड करने करते जिड़िया लोंगीट्यूड रेखाव है इन्हों की वरतों असी किसी भी जगह का समा पता करने यूज करते, ਤੁਹਾਡੇ ਕੋਲੇ ਉੱਥੋਂ ਦਾ ਲੈਟੀਟਿਊਡ ਦਿੱਤਾ ਹੋਏਗਾ ਤੇ ਤੁਸੀਂ ਉਹਦੇ ਅਕੋਰਡਿੰਗ ਉਹਦਾ ਸਮਾਂ ਫਾਈਨ ਕਰ ਸਕਦੇ, ਠੀਕ ਹੈ ਐਗਜ਼ਾਮਪਲ ਦੇਣਾ ਤੁਹਾਨੂੰ ਮੈਂ, ਜਿਵੇਂ ਦੇਖੋ ਆਪਣਾ ਇੰਡੀਆ ਜਿਹੜਾ ਹੈਗਾ ਜਿਵੇਂ ਇੱਥੋਂ ਸਟਾਰਟ ਕਰ ਲਈਏ 0 10 20 30 40 50 60 70 80 ਇੱਥੇ ਜਾ ਕੇ ਇੱਕ 80 ਬਣਦਾ ਉਸ ਤੋਂ ਬਾਅਦ 90 80 ਦੇ 90 ਦੇ ਵਿਚਕਾਰ ਇੰਡੀਆ ਇਸ ਜਗ੍ਹਾ ਦੇ ਉੱਪਰ ਆਉਂਦਾ ਹੈ, ਸਪੋਜ਼ ਆ ਇੰਡੀਆ, ਇੰਡੀਆ ਦੀ ਲੋਕੇਸ਼ਨ ਹੈ ग्लोब के उपर तो इंडिया की जी डिमेंशन है वह 82 डिग्री ईस्ट है, 82 डिग्री ईस्ट, कई बार 82.5 भी लिख देंगे 82.5 तो यह भी सही होंगे, बट वो पूर्व या ईस्ट एक लैटर या वर्ड इस तरह का होना चाहिए जो तो पता लगेगा 82 डिग्री किवें जो असं इतों डिमेंशन भी चैक करते हैं तो 82 डिग्री के उपर जाके जो लाइन इंटरसैक्ट होकर निकल दी उतें इंडिया आना, तो किसी भी जगह का लैटीट्यूड पता करना या लोंगीट्यूड पता करना तो ग्लोब में स्टडी करो तो सारी चीज़ बारे क्लीयरेंस हो जाएगी। ओके इन्हों का यूजस कहते हैं लोंगीट्यूड का समा पता करने किसी जगह का समा फाइंड कर सकते हैं वो एग्जाम्पल भी देना तो लैटीट्यूड का किसी भी कर सकते हैं किसी भी स्थान को पता कर सकते क्लीयर हो गए, जो दोनों लाइन आपस के इंटरसैक्ट होंगे तो उस तरह बनी हुई पिक्चर की नाम दिता जाता है ग्रिड बोलते। ओके
जीरो डिग्री प्राइम मेरिडियन आ जाए, जीरो डिग्री लोंगीट्यूड आ जाए, या पंजाबी दे विच आ जाए मुख्य माध्य रेखा कितों लंघ रही है, आंसर होएगा ग्रीनविच लंडन। यह ग्रीनविच लंडन के विचों होके गुजर रही है, क्लियर। जिहड़ा साढ़े बयासी डिग्री है इनू की बोलते हैं, इनू कहते हैं आई एस टी, इंडियन स्टैंडर्ड टाइम। भारत पंजाबी दे विच इनू भारतीय मानक समा कहा जाता है, आई एस टी की फुल फॉर्म पूछी जाए तो इंडियन स्टैंडर्ड टाइम। भारत की भारत का लोंगीट्यूड कितना है, साढ़े बयासी डिग्री ईस्ट है, या बयासी पॉइंट थर्टी नाल दे मिनट पाई होंगे। यस हूँ एक क्वेश्चन की बनता होर, ये देखो जी जीरो डिग्री प्राइम मेरिडियन है ग्रीनविच लंडन तो होकर गुजरती है, ठीक है। क्वेश्चन मोस्टली एग्जाम दे विच आ चुके हैं बहुत बारी कि जो लंडन दे विच दोपहर के बारह बजते हैं, लंडन दे विच दोपहर के बारह बजते हैं तो इंडिया की समा होता, तो इंडिया दे विच साढ़े पांच बजे होंगे जी शाम के। तो इहदा मतलब यह है कि जिहड़े देश ईस्ट वाली साइड होंगे है उन्हां दा समा प्लस करके पता किया जाता है, जिहड़ी वैस्ट वाली साइड दे जिहड़े देश रह जाते हैं उन्हां दा समा माइनस करके पता किया जाता है। ईस्ट वाली साइड वाले देश है जो प्लस के आएंगे, वो एग्जाम्पल भी दिना थोड़ा मैं किस तरीके दे नाल। साढ़े बयासी डिग्री ये साढ़े पांच घंटे है, ओके। एक लोंगीट्यूड तो दूसरे लोंगीट्यूड तक जाने मीनस एक लोंगीट्यूड जो है एक डिग्री लोंगीट्यूड की वैल्यू कितनी है जी, एक डिग्री लोंगीट्यूड की वैल्यू है जी चार मिनट होंगी। एक डिग्री लोंगीट्यूड तो दूसरी डिग्री तक जाने सामने चार मिनट का समा लगता है, ठीक है। एक डिग्री की वैल्यू कितनी है जी चार मिनट, जे असी अक्षांश रेखावां की आपसी दूरी देखी सी तो वह 111 किलोमीटर सी, ठीक है। जे तुसी इस चीज़ नूं एक डिग्री चार मिनट के बराबर है, साडा देश साढ़े बयासी डिग्री ईस्ट है, तो तुसी साढ़े बयासी डिग्री नूं चार मिनट के मल्टीप्लाई करके कर लो तो तुहाडे कोले साढ़े पांच घंटे का समा निकलूगा जी, ठीक है। ये समा इस चीज़ तो बनेगा साढ़े बयासी डिग्री ईस्ट, साडा देश ईस्ट वाली साइड है, इनू साढ़े पांच घंटे पी एम लिखा जाता है, ये नाल पी एम लिखा जाऊगा इधरली साइड, ईवन के कई बार प्लस का साइन भी आ जाता नाल। जे मान लो ये चीज़ ना होगी ईस्ट आ गया तो भी सही है जी, क्यों, क्योंकि साडा देश ईस्ट वाली साइड है जी। भारत की स्थिति की है ग्लोब के, स्टार्टिंग के आप गल की सी, तो ग्लोब के भारत भूमध रेखा तो उपर है जी, आ भारत की लोकेशन है, इंडिया की लोकेशन ग्लोब के भूमध रेखा तो उपर है, तो उत्तरी अर्ध गोले के पूर्व वाले पासे है, लगे पता जी। तो साढ़े बयासी डिग्री ईस्ट बन जा रही है, ये साढ़े बयासी डिग्री डिग्री ईस्ट की आई एस टी की वैल्यू तुम्हें पूछी जाए, आई एस टी की इंडियन स्टैंडर्ड टाइम, तो इंडियन स्टैंडर्ड टाइम है जोड़ा वो वैल्यू साढ़े बयासी होगी, बयासी पॉइंट पांच डिग्री बनेगी, क्लीयर है जी। इतों तक सारे एक डिग्री की वैल्यू चार मिनट हो जाएगी, टोटल रेखावान 360 है, ठीक है। प्राइम मेरिडियन ग्रीनविच लंडन में होकर गुजरती है। एक क्वेश्चन होर सुनो, टोटल वैल्यू 360 है, जो असं हाफ कर देंगे तो वह मन जाएगा जी 180 डिग्री। जे तुम यह पूछ लिया जाए 180 डिग्री लोंगीट्यूड में की नाम दिता जाता, देखो इतने क्वेश्चन में कन्फ्यूजन होना कि अक्षांश रेखावां की गिनती 180 है, इतने 180 दे नाल डिग्री लग गया, डिफरेंस यह है जी क्वेश्चन का, ठीक है। 180 डिग्री लोंगीट्यूड बारे पूछा जाऊगा तो उन्होंने कहते हैं जी आई डी एल, आई डी एल की फुल फॉर्म होती है इंटरनेशनल डेट लाइन, पंजाबी जो बोलते हैं जी अंतरराष्ट्रीय मिति रेखा, अंतरराष्ट्रीय मिति रेखा बोले जाते हैं आई डी एल। आई डी एल निकलती कितने नंबर पर है जाती है 180 डिग्री लोंगीट्यूड के उपर, हाँ जी क्लीयर हो चुके हैं इतों तक, दस्यो प्लीज जल्दी।
180 डिग्री आप कितने कंसीडर करांगे एक बार दस्यो मतलब 180 या इधर वाला 360 ਦੇ ਵਿੱਚ हाँ जी सर मतलब प्लेस एग्जैक्ट प्लेस पूछ रहे मेनू हाँ जी हाँ जी वो बता की होएगा देखो इतो 0 10 20 30 40 इस तरह सर्कल चलता जाएगा ना अपने को पूरा जो तो इतो 0 तो स्टार्ट किया इतने आगे 360 बनेगा ਆਪਾਂ ਇਹਨੂੰ ਐਸ ਵਰਲਡ ਵੈਬ ਜਿਹੜਾ ਵੀ ਤੁਹਾਨੂੰ ਗਲੋਬ ਦਿਖਾਈ ਦੇਣਗੇ ਨਾ ਉਹਦੇ ਵਿੱਚ ਤੁਹਾਨੂੰ ਐਸ ਤਰੀ ਐਸ ਜਗ੍ਹਾ ਦੇ ਵਿੱਚ ਦਿਖਾਉਣਗੇ ਜੋ ਲਾਈਨ ਐਸ ਪਲੇਸ ਤੇ ਠੀਕ ਹੈ ਜੇ ਤੁਸੀਂ ਮੈਪ ਜਾ ਕੇ ਦੇਖੋ ਨਾ ਤੁਹਾਨੂੰ ਉਦੋਂ ਐਗਜ਼ੈਕਟ ਲੱਭੂਗੀ ਕਿੱਥੇ ਆ ਵਰਲਡ ਮੈਪ ਦੇ ਵਿੱਚ ਜਦੋਂ ਗਲੋਬ ਦੇ ਵਿੱਚ ਪਿਕਚਰ 'ਚ ਦੇਖੋਗੇ ਤਾਂ ਵੀ ਉਹਨੇ ਐਸ ਜਗ੍ਹਾ ਤੇ ਦਿਖਾਉਣੀ ਹੈ ਤੁਹਾਨੂੰ ਇਹ ਜਿਹੜੀ ਲਾਈਨ ਹੈ ਇੰਟਰਨੈਸ਼ਨਲ ਡੇਟ ਲਾਈਨ ਇਹ ਕਿੱਥੋਂ ਲੰਘਦੀ ਇੱਕ ਕੁਸ਼ਚਨ ਇਹ ਵੀ ਬਣ ਜਾਂਦਾ ਜੀ ਇਹ ਬੈਰਿੰਗ ਸਟੇਟ 'ਚੋਂ ਲੰਘਦੀ ਹੈ ਜੀ बैरिंग स्टेट मतलब ये रस्ते केड़ी केड़ी है मतलब वाटर बॉडी बॉडीज हो गई ठीक है ओदे विचो बैरिंग स्टेट हो जाएगा एक एक दो और दस दूंगा मेरे याद नहीं आ रहे इस पर ओके इंटरनेशनल रेड लाइन हो गया इंडियन स्टैंडर्ड टाइम हो गया हूँ क्वेश्चन की गल ये कि असी जिवें साडा ग्लोब है एक एग्जाम्पल के तौर पर चलते हैं अपना मान लो आ कोई लोकेशन है जी ठीक है इनू असी लै लीए 20 डिग्री है ये 20 डिग्री ईस्ट है क्लियर उस तो बाद इधर असी एक देश लै लीए इनू असी कर दीए 15 डिग्री वैसट कोई देश 20 डिग्री ईस्ट से है ठीक है जे लंदन के दोपहर के 12 बजे है जी तो जिहड़ा देश 20 डिग्री ईस्ट से है उत्थे कितना समा होया होगा क्वेश्चन ये बन जाता क्वेश्चन ध्यान में सुनो वैसे क्वेश्चन बहुत घट पूछा जाता है टैट के एग्जाम के बाकी इन्हें भी बन जाते क्वेश्चन जी लंदन के दोपहर गए 12 बज रहे हैं एक देश ईस्ट वाले पास मैं तुम्हें दसा कि जो देश ईस्ट वाले पास उन्होंने समा प्लस हो जाता है जेडे वैसट वाली साइड उन्होंने समा माइनस हो जाएगा ठीक है कि नहीं हूँ एक डिग्री की वैल्यू तुम्हें दसी सी 4 मिनट एक डिग्री की वैल्यू 4 मिनट से इतने 20 डिग्री है तो 20 के नाल 4 को मल्टीप्लाई करेंगे तो 80 बन गई 80 मिनट हो गई 80 मिनट मीनस एक घंटा 20 मिनट हो गए जी आ समा बन गया असं इतने समा दसना जी इतने 12 तो ये एक घंटा 20 मिनट जोड़ दो इतने समा ही एक घंटा 20 मिनट का बन जूगा जी क्लीयर जो अभी वैल्यू डिग्री थोड़ी अलग ले लेंगे तो वह अलग बन जाएगा वह 12 के ऐड हो जाएगा जी जिन्ना समा इतने निकलूगा ठीक है वह 12 के ऐड हो गया तो आंसर बन जाएगा जे मान लो 15 डिग्री वैसट से सी 15 डिग्री में असी 4 ना मल्टीप्लाई करेंगे तो 60 बन गया तो 60 मिनट हो गए 60 मिनट मीनस 1 आवर हो गया कि जोड़ा देश 12 बजे इतने सॉरी 12 बज रहे हैं तो जोड़ा देश इतने आ तो वह लंदन तो पिछे है ਇਹਦਾ ਮਤਲਬ ਇਸ ਜਗ੍ਹਾ ਦੇ ਵਿੱਚ 12 ਨਹੀਂ ਵਜੇ ਹੋਣਗੇ ਇੱਕ ਘੰਟਾ ਘਟਾ ਦੋ ਇੱਥੇ 11 ਵਜੇ ਹੋਣਗੇ ਇਹ ਚੀਜ਼ ਹੈ ਦੇਖੋ ਕਲੀਅਰ ਹੋਇਆ ਕਿ ਨਹੀਂ ਰਿਪਲਾਈ ਕਰੋ ਜਲਦੀ ਪਲੀਜ਼ तो तीन जने क्लीयर हो जाएगा मतलब चलो ठीक है जी ये अपना ग्लोब का चैप्टर है मेन उस तो बाद होर क्वेश्चन की ऐड हो जाए ग्लोब के चैप्टर के वो भी सुनो आर नॉर्थ साउथ वैसे जो पॉइंट कढ़िया जाता जी वो आ पॉइंट कढ़िया जाता आ नॉर्थ और साउथ क्योंकि धरती की शेप इस तरह दिखाई होती है ये धरती का एक सिर इधरले पास नॉर्थ उत्तरी ध्रुव में दक्षिण ध्रुव बोलते हैं जे असी इस जगह के क्वेश्चन आ जाए इस जगह के मान लो सन सूरज है तो क्वेश्चन एक बन जाता धरती सूरज के नेड़े कदों होंगी है धरती का मतलब ये नहीं भी तुरके जा उड़ूगी इतने नेड़े हो जाऊगी ठीक है थोड़ा होने लगता होगा हूँ बाली सूरज के नेड़े गर्मी ज्यादा पी जाती है ना पर वो चीज़ नहीं बनेगा क्वेश्चन की है भी सूरज के नेड़े
ਇਹਦਾ ਮਤਲਬ ਇਹ ਹੁੰਦਾ ਕਿ ਧਰਤੀ ਦਾ ਕਿਹੜਾ ਸਿਰਾ ਸੂਰਜ ਦੇ ਨੇੜੇ ਹੁੰਦਾ ਹੈ ਤੇ ਕਿਹੜਾ ਦੂਰ ਹੁੰਦਾ ਹੈ। ਤਾਂ ਜਦੋਂ ਤੁਹਾਨੂੰ ਕੁਐਸਚਨ ਇਹ ਪੁੱਛਿਆ ਜਾਵੇ ਸੂਰਜ ਦੇ ਨੇੜੇ ਤਾਂ ਉਹ ਹੋਏਗਾ ਜੀ 3 ਜਨਵਰੀ। 3 ਜਨਵਰੀ ਨੂੰ ਧਰਤੀ ਸੂਰਜ ਦੇ ਨੇੜੇ ਹੁੰਦੀ ਹੈ, ਸੂਰਜ ਤੋਂ ਦੂਰ ਤਾਂ ਉਹ ਹੋਏਗਾ ਜੀ 4 ਜੁਲਾਈ। ਠੀਕ ਹੈ, ਇਹਨੂੰ ਅਪਸੌਰ, ਇਹਨੂੰ ਉਪਸੌਰ ਦਾ ਨਾਮ ਦਿੱਤਾ ਜਾਂਦਾ ਹੈ, ਇਹਨੂੰ ਐਪੀਹੇਲੀਅਨ, ਇਹਨੂੰ ਪੈਰੀਹੇਲੀਅਨ ਬੋਲਦੇ ਆ ਜੀ। ਠੀਕ ਹੈ, ਵੈਸੇ ਕੁਐਸਚਨ ਆ ਹੀ ਬਣ ਜਾਂਦਾ ਹੁੰਦਾ ਸਾਡੇ ਕੋਲ, ਸੂਰਜ ਦੇ ਨੇੜੇ ਕਦੋਂ ਹੋਊਗੀ 3 ਜਨਵਰੀ ਨੂੰ, ਦੂਰ ਕਦੋਂ ਹੋਊਗੀ 4 ਜੁਲਾਈ ਨੂੰ ਹੋਊਗੀ, ਕਿਉਂਕਿ ਜਿਹੜਾ ਉੱਤਰੀ ਧਰੁਵ ਹੈ ਇਹ ਸੂਰਜ ਦੀ ਜਿੱਧਰ ਨੂੰ ਡਾਇਰੈਕਸ਼ਨ ਘੁੰਮਦੀ ਹੈ ਇਹ ਉਧਰਲੇ ਪਾਸੇ ਜਾ ਕੇ ਨੇੜੇ ਹੋ ਜਾਂਦਾ ਜੀ, ਤੇ ਆਹ ਵਾਲਾ ਸਿਰਾ ਸੂਰਜ ਤੋਂ ਦੂਰ ਹੁੰਦਾ ਜੀ, ਇਹਨੂੰ ਬੋਲਿਆ ਜਾਂਦਾ। ਇਹਦੀ ਐਕਚੁਅਲ ਸ਼ੇਪ ਜੀ ਦੇ ਵਿੱਚ ਜਾਈਏ ਤਾਂ ਦੇਖੋ ਇਹ ਅਸੀਂ ਸਨ ਉਸ ਇਸ ਜਗ੍ਹਾ ਦੇ ਉੱਪਰ ਧਰਤੀ ਹੈ, ਉਸ ਤੋਂ ਬਾਅਦ ਇਸ ਜਗ੍ਹਾ ਦੇ ਉੱਪਰ ਆ, ਫਿਰ ਇੱਥੇ ਹੈ, ਫਿਰ ਇੱਥੇ ਹੈ। ਤਾਂ ਧਰਤੀ ਨੇ ਸੂਰਜ ਦੀ ਪਰਿਕਰਮਾ ਮਤਲਬ ਕਰਨੀ ਹੈ, ਆਹ ਪੁਆਇੰਟ ਨੌਰਥ ਸਾਊਥ ਹੈ, ਫਿਰ ਉਸ ਤੋਂ ਬਾਅਦ ਇੱਥੇ ਵੀ ਨੌਰਥ ਇੱਥੇ ਵੀ ਸਾਊਥ, ਉਹਦੀ ਡਾਇਰੈਕਸ਼ਨ ਮੈਂ ਦੱਸ ਰਿਹਾ ਨੀ ਕਿਸ ਤਰ੍ਹਾਂ ਜਾਂਦੀ ਹੈ, ਤਾਂ ਉਹ ਇਸ ਤਰੀਕੇ ਨਾਲ ਰੋਟੇਟ ਕਰਦੀ ਜਾਂਦੀ ਹੈ। ਸੂਰਜ ਦੇ ਨੇੜੇ ਕਈ ਵਾਰੀ ਆਹ ਵਾਲੀ ਚੀਜ਼ ਨੇੜੇ ਹੋ ਗਈ, ਦੇਖੋ ਹੁਣ ਇੱਥੇ ਆਹ ਨੇੜੇ ਹੈ, ਇੱਥੇ ਆ ਜੀ, ਇਸ ਜਗ੍ਹਾ ਤੇ ਆਹ ਚੀਜ਼ ਦੂਰ ਹੋ ਗਈ ਇੱਥੇ। ਠੀਕ ਹੈ, ਤਾਂ ਸੂਰਜ ਤੋਂ ਦੂਰ ਮਤਲਬ ਇੱਕ ਸਿਰਾ ਦੂਰ ਹੋ ਜਾਂਦਾ, ਉਹ ਉੱਤਰੀ ਸਿਰਾ ਹੁੰਦਾ, ਉਹ ਜਦੋਂ ਨੇੜੇ ਹੋਊਗਾ ਜਾਂ ਦੂਰ ਹੋਊਗਾ ਉਹਦਾ ਕੁਐਸਚਨ ਪੁੱਛਿਆ ਜਾਂਦਾ। ਨੇੜੇ ਹੁੰਦੀ ਹੈ ਜੀ 3 ਜਨਵਰੀ, ਠੀਕ ਹੈ, ਨੇੜੇ ਤੇ 4 ਜੁਲਾਈ ਨੂੰ ਦੂਰ। ਹੋਰ ਗਲੋਬ ਦੇ ਨਾਲ ਰਿਲੇਟਡ ਕੁਐਸਚਨ ਕੀ ਬਣ ਜਾਂਦਾ ਹੈ ਵੀ ਕਿਹੜੇ ਦਿਨ ਹੈ ਜਿਹੜੇ ਗਲੋਬ ਦੀ ਧਰਤੀ ਦੇ ਉੱਪਰ ਇੱਕੋ ਜਿਹੇ ਰਹਿੰਦੇ ਆ, 21 ਮਾਰਚ ਤੇ 23 ਸਤੰਬਰ ਰਾਤ ਬਰਾਬਰ ਹੁੰਦੇ ਜੀ, ਇਕੁਅਲ ਹੁੰਦੇ। ਠੀਕ ਹੈ, 21 ਮਾਰਚ 23 ਸਤੰਬਰ ਨੂੰ ਦਿਨ ਤੇ ਰਾਤ ਬਰਾਬਰ ਹੋਣਗੇ। ਨੈਕਸਟ ਕੁਐਸਚਨ ਸਰ, ਮਤਲਬ ਕਿ ਸਰ ਹੀਟ ਦਾ ਇਫੈਕਟ ਨਹੀਂ ਪਏਗਾ ਜਿੱਦਾਂ, ਜਾਂ ਇਹ ਤੁਸੀਂ ਮਤਲਬ ਕਿ ਨਾਰਥਰਨ ਸਾਊਥਰਨ ਉਦਾਂ ਦੱਸ ਰਹੇ ਹੋ ਕਿ ਨੇੜੇ ਦੂਰ, ਕਿਉਂਕਿ ਅਗਰ ਧਰਤੀ ਨੇੜੇ ਹੋਏਗੀ ਤਾਂ ਹੀਟ ਵੀ ਜ਼ਿਆਦਾ ਹੋਏਗੀ, ਬਟ ਜਨਵਰੀ ਜਿੱਦਾਂ ਆਪਣੇ ਇੱਥੇ ਸਰਦੀ ਹੁੰਦੀ ਹੈ ਤਾਂ ਮੇਬੀ ਸਾਊਥਰਨ ਤੁਸੀਂ ਗੱਲ ਕਰ ਰਹੇ ਹੋ। ਹਾਂਜੀ, ਸੁਣੋ ਉਹ ਪਤਾ ਕੀ ਹੈ, ਜਿਹੜਾ ਉਹਦਾ ਨਾਰਥਰਨ ਪੁਆਇੰਟ ਹੈ ਨਾ ਜੀ, ਉਹ ਧਰਤੀ ਦੇ ਵੱਲ ਝੁਕਿਆ ਹੁੰਦਾ ਜੀ। ਵੈਸੇ ਜੇ ਕਹਿ ਲਈਏ ਵੀ ਆਹ ਅਰਥ ਹੈ ਤੇ ਇਹਨੂੰ ਅਸੀਂ ਚੱਕ ਕੇ ਇੱਥੇ ਨਹੀਂ ਲਿਜਾ ਸਕਦੇ। ਹੁਣ ਤੁਹਾਨੂੰ ਇਹ ਲੱਗਦਾ ਕਿ ਗਰਮੀ ਤਾਂ ਹੁਣ ਜ਼ਿਆਦਾ ਪੈ ਰਹੀ ਹੈ ਤੇ ਧਰਤੀ ਤਾਂ ਸੂਰਜ ਦੇ ਹੁਣ ਨੇੜੇ ਹੋਈ ਹੈ, ਸਰਦੀਆਂ ਦੇ ਨੇੜੇ ਕਿਵੇਂ ਹੋ ਜਾਊਗੀ? ਨਹੀਂ, ਉਹਦਾ ਪੁਆਇੰਟ ਜਿਹੜਾ ਉੱਪਰਲਾ ਸਿਰਾ ਹੈ, ਉੱਤਰੀ ਸਿਰਾ, ਉਹ ਧਰਤੀ ਸੂਰਜ ਵੱਲ ਝੁਕਿਆ ਹੁੰਦਾ ਜੀ, ਉਹਨੂੰ ਬੋਲਦੇ ਆ ਨੇੜੇ ਹੋਣਾ। ਠੀਕ ਹੈ, ਉਹਨੂੰ ਨੇੜੇ ਹੋਣਾ ਬੋਲਦੇ। ਵੈਸੇ ਧਰਤੀ ਨੇ ਆਪਣੀ ਜਿਹੜੀ ਆਰਬਿਟ ਹੈ ਜਿਹੜਾ ਉਹਦਾ ਜਿਹੜਾ ਉਹਦਾ ਰਸਤਾ ਬਣਿਆ ਹੋਇਆ, ਉਹਨੇ ਉੱਥੇ ਉੱਥੇ ਹੀ ਚੱਲਣਾ ਜੀ। ਇਹ ਨਹੀਂ ਹੈਗਾ ਵੀ ਧਰਤੀ ਜਾਂਦੀ ਜਾਂਦੀ ਇਹਦੇ ਨਾਲ ਖਹਿ ਕੇ ਲੰਘ ਜਾਊਗੀ, ਆਪਾਂ ਇਸ ਤਰੀਕੇ ਨਾਲ ਹੀ ਕਰ ਸਕਦੇ। ਠੀਕ ਹੈ, ਉਹਦਾ ਇੱਕ ਸਿਰਾ ਹੈ ਜਿਹੜਾ ਸੂਰਜ ਦੇ ਨੇੜੇ ਹੋ ਜਾਂਦਾ ਜੀ, ਫਿਰ ਇੱਕ ਸਿਰਾ ਸੂਰਜ ਤੋਂ ਦੂਰ ਹੁੰਦਾ ਜੀ, ਉਹਨੂੰ ਕਹਿੰਦੇ ਆ ਸੂਰਜ ਦੇ ਨੇੜੇ ਹੋਣਾ ਤੇ ਦੂਰ ਹੋਣਾ। ਕਲੀਅਰ ਹੈ? ਹਾਂਜੀ ਦੱਸੋ। ਹਾਂਜੀ ਸਰ, ਕਲੀਅਰ। ਉਹਦਾ ਜਿਹੜਾ ਸਿਰਾ ਨਾ ਉਹ ਨੇੜੇ ਹੁੰਦਾ ਜੀ, ਮਤਲਬ ਪੂਰੀ ਧਰਤੀ ਸੂਰਜ, ਦੇਖੋ ਜੇ ਪੂਰੀ ਧਰਤੀ ਹੀ ਸੂਰਜ ਦੇ ਬਿਲਕੁਲ ਨੇੜੇ ਚਲੇ ਗਈ ਤਾਂ ਆਪਾਂ ਸਰਵਾਈਵ ਹੀ ਨਹੀਂ ਕਰ ਸਕਦੇ, ਹੀਟ ਇੰਨੀ ਵੱਧ ਜਾਏਗੀ। ਠੀਕ ਹੈ, ਕੁਐਸਚਨ ਇਸ ਤਰੀਕੇ ਨਾਲ ਪੁੱਛ ਲਿਆ ਜਾਂਦਾ, ਉਹਦੇ ਮਤਲਬ ਜਿਹੜੇ ਪੁਆਇੰਟ ਹੈ ਨਾ ਉਹਨਾਂ ਦੇ ਅਕੋਰਡਿੰਗ ਕੁਐਸਚਨ ਪੁੱਛਣਗੇ। 23 ਮਾਰਚ ਤੇ 21 ਸਤੰਬਰ ਨੂੰ ਦਿਨ ਤੇ ਰਾਤ ਬਰਾਬਰ ਹੋ ਜਾਣਗੇ, 3 ਜਨਵਰੀ ਨੂੰ ਧਰਤੀ ਸੂਰਜ ਦੇ ਨੇੜੇ ਹੁੰਦੀ ਹੈ ਤੇ 4 ਜੁਲਾਈ ਨੂੰ ਦੂਰ ਹੁੰਦੀ ਹੈ। ਓਕੇ, ਤੇ ਇਹ ਗਲੋਬ ਦੇ ਚੈਪਟਰ ਦੇ ਵਿੱਚ ਇਹ ਸਾਰੇ ਕੁਐਸਚਨ ਹੈ ਇਸ ਤਰੀਕੇ ਦੇ ਨਾਲ ਪੁੱਛੇ ਜਾਂਦੇ ਆ। ਓਕੇ, ਜੇ ਇੱਥੋਂ ਤੱਕ ਕਲੀਅਰ ਹੈ ਤਾਂ ਦੱਸੋ, ਫਿਰ ਆਪਾਂ ਅੱਗੇ ਚੱਲਦੇ ਹਾਂ।
ओके जीन पैज का नैतिक विकास, इस तो पहला कॉलबर्ग का नैतिक विकास है। मोस्टली क्वेश्चन जो आते हैं कॉलबर्ग की थ्यूरी के ही एग्जाम से ज्यादा पूछे जाते हैं, जीन पैज का क्वेश्चन आया तो सिर्फ एक अद्धा ही आएगा। वो क्वेश्चन की है, किस तरीके के नाल उन्हें एग्जाम्पल दी हुई है, तो उसकी जी थ्यूरी है उनके अनोमी स्टेज होगी, एक एक हैट्रोनोमी, ठीक है, एक होएगा जी ऑटोनॉमी। आ तीन पार्ट्स दिते हुए जीन पैज की स्टेज के मॉरल डिवेलपमेंट के, तुहानू सिर्फ इन्हां दा मीनिंग पता लग जाए कि वट इज द मीनिंग ऑफ ऑटोनॉमी हैट्रोनॉमी। सॉरी, हैट्रोनॉमी के दो पोर्शन बनते हैं, ਕਿਹੜੇ ਕਿਹੜੇ? ਹੈਟਰੋਨੋਮੀ ਇੱਕ ਅਥਾਰਟੀ ਹੁੰਦਾ ਜੀ, ਇੱਕ ਹੁੰਦਾ ਰੈਸੀਪ੍ਰੋਸਿਟੀ। ਕੁਐਸਚਨ ਸਿੰਪਲ ਮੀਨਿੰਗ ਦੇ ਅਕੋਰਡਿੰਗ ਹੀ ਕਲੀਅਰ ਕਰਦੀ ਕਰਿਓ। ਦੇਖੋ ਅਨੋਮੀ ਕੀ ਹੈ, ਕੁਐਸਚਨ ਆ ਗਿਆ ਵਟ ਇਜ਼ ਦਾ ਮੀਨਿੰਗ ਆਫ ਅਨੋਮੀ, ਤੇ ਅਨੋਮੀ ਇਜ਼ ਰਿਲੇਟਡ ਟੂ ਦਾ ਜੀਨ ਪੈਜਿਸ ਮੋਰਲ ਡਿਵੈਲਪਮੈਂਟ। ਜੀਨ ਪੈਜ ਦਾ ਮੋਰਲ ਡਿਵੈਲਪਮੈਂਟ ਕੋਲਬਰਗ ਤੋਂ ਵੀ ਪਹਿਲਾਂ ਸੀ, ਤੇ ਇਟ ਮੀਨਸ ਕੋਲਬਰਗ ਨੇ ਬਾਅਦ ਦੇ ਵਿੱਚ ਆਪਣੀ ਐਕਸਪਲੇਨੇਸ਼ਨ ਦਿੱਤੀ ਹੋਈ ਹੈ। ਅਨੋਮੀ ਦੇ ਵਿੱਚ ਜਿਹੜਾ ਬੱਚਾ ਹੈ ਨਾ ਨੈਤਿਕ ਹੁੰਦਾ ਜੀ ਉਹ, ਅਤੇ ਨਾ ਹੀ ਅਨੈਤਿਕ, ਮੀਨਸ ਨਾ ਹੀ ਉਹ ਮੋਰਲ ਹੋਏਗਾ ਨਾ ਹੀ ਇਮੋਰਲ। ਇਮੋਰਲ ਬੱਚੇ ਨੂੰ ਨੈਤਿਕਤਾ ਦਾ ਪਤਾ ਹੀ ਨਹੀਂ, ਉਹ ਅਨੋਮੀ ਸਟੇਜ ਹੁੰਦੀ ਹੈ ਜੀ। ਜੀਲ ਪੈਜੇ ਕਹਿੰਦਾ ਹੈ, ਕਹਿੰਦਾ ਬੱਚਾ ਨਾ ਤਾਂ ਨੈਤਿਕ ਹੁੰਦਾ ਜੀ, ਨਾ ਹੀ ਉਹ ਨੈਤਿਕਤਾ ਦਿਖਾਉਂਦਾ, ਨਾ ਹੀ ਉਹ ਨੈਤਿਕਤਾ ਦਿਖਾਉਂਦਾ, ਉਹ ਉਹੀ ਕੰਮ ਕਰੇਗਾ ਜਿਹੜਾ ਉਹਨੂੰ ਚੰਗਾ ਲੱਗਦਾ, ਠੀਕ ਹੈ, ਤੇ ਜਿਹੜੇ ਕੰਮ ਦੇ ਵਿੱਚ ਉਹਨੂੰ ਮੀਨਸ ਦੁੱਖ ਜਾਂ ਦਰਦ ਮਹਿਸੂਸ ਹੁੰਦਾ ਬੱਚੇ ਦੁਆਰਾ ਉਹ ਕੰਮ ਨਹੀਂ ਕੀਤਾ ਜਾਵੇਗਾ, ਉਹਨੂੰ ਅਨੋਮੀ ਕਿਹਾ ਜਾਂਦਾ, ਠੀਕ ਹੈ। ਕੋਲਬਰਗ ਦੇ ਸੋਰੀ ਜੀਨ ਪੈਜੇ ਦੇ ਅਕੋਰਡਿੰਗ ਇੱਕ ਬੱਚਾ ਜੋ ਚੀਜ਼ ਉਹਨੂੰ ਚੰਗੀ ਲੱਗਦੀ ਹੈ ਉਹ ਕਰਦਾ, ਜੋ ਚੀਜ਼ ਉਹਨੂੰ ਨਹੀਂ ਚੰਗੀ ਲੱਗਦੀ ਉਹ ਉਹਦੇ ਦੁਆਰਾ ਨਹੀਂ ਕੀਤੀ ਜਾਂਦੀ, ਤਾਂ ਉਹਨੂੰ ਅਸੀਂ ਕੀ ਨਾਮ ਦੇਵਾਂਗੇ? ਉਹਨੂੰ ਅਸੀਂ ਅਨੋਮੀ ਦਾ ਨਾਮ ਦੇਵਾਂਗੇ। ਕੀ ਨਾਮ ਦੇਵਾਂਗੇ ਜੀ? ਅਨੋਮੀ। ਤੁਹਾਡੇ ਲਈ ਕੁਐਸਚਨ ਕੀ ਹੈ? ਅਨੋਮੀ। ਆਂਸਰ ਕੀ ਹੈ? ਬੱਚਾ ਨਾ ਅਨੈਤਿਕ ਹੋਊਗਾ ਨਾ ਹੀ ਅਨੈਤਿਕ, ਇਹੀ ਆਂਸਰ ਹੈ। ਓਕੇ, ਤੇ ਬੱਚੇ ਦੁਆਰਾ ਉਹ ਕੰਮ ਕੀਤਾ ਜਾਏਗਾ ਜਿਹੜਾ ਉਹਨੂੰ ਖੁਸ਼ੀ ਦਿੰਦਾ ਹੈ। ਹੈਟਰੋਨੋਮੀ ਅਥਾਰਟੀ ਦੇ ਦੋ ਕੁਐਸਚਨ ਹੈ, ਜਿਹੜਾ ਤੁਹਾਨੂੰ ਹੈਟਰੋਨੋਮੀ ਅਥਾਰਟੀ ਡਾਇਰੈਕਟ ਕੁਐਸਚਨ ਪੁੱਛਿਆ ਜਾਂਦਾ ਹੈ, ਤਾਂ ਉੱਥੇ ਬੱਚਾ ਰਿਵਾਰਡ ਐਂਡ ਪਨਿਸ਼ਮੈਂਟ ਇਹ ਸ਼ਬਦ ਮਿਲੂਗਾ ਜੀ। ਇੱਕ ਬੱਚਾ ਨੈਤਿਕਤਾ ਦਿਖਾਉਂਦਾ ਹੈ ਜੀਲ ਪੈਜ ਦੇ ਅਕੋਰਡਿੰਗ ਹੈਟਰੋਨੋਮੀ ਦੇ ਵਿੱਚ, ਤਾਂ ਉਹ ਕਿਹੜੀ ਚੀਜ਼ ਨੂੰ ਲੈ ਕੇ ਦਿਖਾਉਂਦਾ? ਜੇ ਉਹ ਨੈਤਿਕਤਾ ਦਿਖਾਊਗਾ ਰਿਵਾਰਡ ਤੇ ਪਨਿਸ਼ਮੈਂਟ, ਚੰਗੇ ਕੰਮ ਦੇ ਲਈ ਉਹ ਰਿਵਾਰਡ ਦਾ ਹੱਕਦਾਰ ਹੋਊਗਾ ਤੇ ਮਾੜੇ ਕੰਮ ਦੇ ਲਈ ਉਹ ਪਨਿਸ਼ਮੈਂਟ, ਠੀਕ ਹੈ। ਅਥਾਰਟੀ ਹੈ ਜਿਹੜੀ ਇਨਾਮ ਅਤੇ ਸਜ਼ਾ ਦੇ ਆਧਾਰਤ ਹੈ। ਜੀਨ ਪੈਜ ਦੀ ਜਿਹੜੀ ਸਟੇਜ ਹੈ ਜਿਹੜੀ ਮੋਰਲ ਡਿਵੈਲਪਮੈਂਟ ਵਿੱਚ ਇਨਾਮ ਅਤੇ ਸਜ਼ਾ ਨਾਲ ਰਿਲੇਟਡ ਹੈ ਉਹ ਹੈਟਰੋਨੋਮੀ ਅਥਾਰਟੀ ਹੈ। ਕਈ ਵਾਰ ਕੀ ਹੁੰਦਾ, ਹੈਟਰੋਨੋਮੀ ਇਕੱਲਾ ਹੀ ਪਾ ਦਿੰਦੇ ਆ, ਉਹਦੇ 'ਚ ਅਥਾਰਟੀ ਅਤੇ ਰੈਸੀਪ੍ਰੋਸਿਟੀ ਵਰਡ ਨਹੀਂ ਹੁੰਦਾ। ਜੇ ਰੈਸੀ ਅਥਾਰਟੀ ਆ ਜੇ, ਅਥਾਰਟੀ ਮਤਲਬ ਕੀ ਹੁੰਦਾ? ਹੱਕ। ਬੱਚੇ ਦਾ ਹੱਕ ਕਿਸ ਚੀਜ਼ 'ਤੇ ਹੈ? ਜਾਂ ਤਾਂ ਉਹ ਹੱਕ ਇਹ ਰੱਖਦਾ ਕਿ ਉਹ ਇਨਾਮ ਲੈ ਲਈ, ਅਤੇ ਨਹੀਂ ਫਿਰ ਸਜ਼ਾ ਤਾਂ ਮਿਲ ਜਾਣੀ ਇਹਨੂੰ। ਹੱਕ ਮਤਲਬ ਆਪਾਂ ਕਹਿੰਦੇ ਵਟ ਇਜ਼ ਯੂਅਰ ਅਥਾਰਟੀ, ਤੁਹਾਡਾ ਹੱਕ ਕੀ ਹੈ? ਤਾਂ ਹੈਟਰੋਨੋਮੀ ਅਥਾਰਟੀ ਨੂੰ ਕਿਵੇਂ ਸਮਝੋ ਕਿ ਬੱਚੇ ਦਾ ਹੱਕ ਹੈ ਉਹਨੇ ਇਨਾਮ ਲੈਣਾ ਇਸ ਸਜ਼ਾ ਲੈਣੀ, ਠੀਕ ਹੈ, ਉਹ ਹੈਟਰੋਨੋਮੀ ਅਥਾਰਟੀ ਦਾ ਪੋਰਸ਼ਨ। ਜੇ ਬੱਚੇ ਦੇ ਬਾਰੇ ਨੈਤਿਕਤਾ ਆ ਜੇ ਹੈਟਰੋਨੋਮੀ ਰੈਸੀਪ੍ਰੋਸਿਟੀ ਦੇ ਵਿੱਚ, ਤਾਂ ਉਹਦੇ ਵਿੱਚ ਬੱਚਾ ਕੀ ਕਰਦਾ ਜੀ? ਪੀਅਰ ਗਰੁੱਪ ਜਿਹਨੂੰ ਅਸੀਂ ਬੋਲਦੇ ਹਾਂ ਹਮ ਉਮਰ ਸਾਥੀ, ਆਪਣੀ ਨੈਤਿਕਤਾ ਕਿਵੇਂ ਦਿਖਾਉਂਦਾ? ਆਪਣੀ ਹਮ ਉਮਰ ਸਾਥੀਆਂ ਦੇ ਨਾਲ, ਕਿਉਂਕਿ ਉਹਦੀ ਜਿਹੜਾ ਏਜ ਗਰੁੱਪ ਹੈ ਉਹ ਉਹਨਾਂ ਨੂੰ ਨੈਤਿਕਤਾ ਦਿਖਾਊਗਾ ਜੀ, ਉਹਨੂੰ ਹੈਟਰੋਨੋਮੀ ਰੈਸੀਪ੍ਰੋਸਿਟੀ ਕਿਹਾ ਜਾਂਦਾ। ਦੋ ਪੁਆਇੰਟਸ ਧਿਆਨ ਦੇ ਨਾਲ ਸਮਝ ਲਿਓ, ਤੇ ਦੁਬਾਰਾ ਨਾ ਪਤਾ ਲੱਗੇ ਤਾਂ ਦੁਬਾਰਾ ਵੀ ਦੇਖ ਕੇ ਕਲੀਅਰ ਹੋ ਜਾਊਗਾ। ਹੈਟਰੋਨੋਮੀ ਅਥਾਰਟੀ ਆ ਗਿਆ, ਬੱਚੇ ਦਾ ਹੱਕ ਕਾਹਦੇ 'ਤੇ ਹੈ? ਇਨਾਮ ਤੇ ਸਜ਼ਾ, ਠੀਕ ਹੈ, ਚੰਗੇ ਕੰਮ ਦੇ ਲਈ ਇਨਾਮ ਆ ਤੇ ਮਾੜੇ ਕੰਮ ਦੇ ਲਈ ਉਹਨੂੰ ਸਜ਼ਾ। ਜੇ ਹੈਟਰੋਨੋਮੀ ਰੈਸੀਪ੍ਰੋਸਿਟੀ ਹੋਏਗਾ ਤਾਂ ਬੱਚਾ ਜਿਹੜੀ ਦੇ ਸੇਮ ਏਜ ਗਰੁੱਪ ਵਾਲੇ ਬੱਚੇ ਹੋਣਗੇ ਨਾ ਉਹਨਾਂ ਨਾਲ ਹੀ ਨੈਤਿਕਤਾ ਦਿਖਾਊਗਾ, ਹੋਰ ਕਿਸੇ ਦੇ ਨਾਲ ਨੈਤਿਕਤਾ ਦੀ ਭਾਵਨਾ ਨਹੀਂ ਦਿਖਾਊਗਾ। ਇਹ ਹੈਟਰੋਨੋਮੀ ਦੇ ਦੋ ਪੋਰਸ਼ਨ ਆ। ਵੈਸੇ ਤੁਹਾਨੂੰ ਆਪਸ਼ਨ ਦੇ ਵਿੱਚ ਜਾਂ ਕੁਐਸਚਨ 'ਚ ਇਹ ਮਿਲ ਗਿਆ ਅਨੋਮੀ, ਹੈਟਰੋਨੋਮੀ ਐਂਡ ਆਟੋਨੋਮੀ ਇਜ਼ ਰਿਲੇਟਡ ਟੂ
ਤਾਂ ਤੁਹਾਡਾ ਆਨਸਰ ਮੋਰਲ ਡਿਵੈਲਪਮੈਂਟ ਆਫ ਜੀਨ ਪੇਜ ਹੋਊਗਾ। ਕਲੀਅਰ? ਆਟੋਨੋਮੀ ਦੇ ਵਿੱਚ ਕੀ ਆਏਗਾ, ਇਹਦੇ ਵਿੱਚ ਕੀ ਹੁੰਦਾ, ਜਿਹੜਾ ਚਾਈਲਡ ਹੈ ਦੈਟ ਇਜ਼ ਰਿਸਪੋਂਸੀਬਲ, ਚਾਈਲਡ ਇਜ਼ ਰਿਸਪੋਂਸੀਬਲ ਮਤਲਬ ਜ਼ਿੰਮੇਵਾਰ ਹੈ। ਫੋਰ ਐਵਰੀ ਟਾਸਕ, ਬੱਚਾ ਹਰੇਕ ਕੰਮ ਦੇ ਲਈ ਜ਼ਿੰਮੇਵਾਰ ਹੈ ਜੀ। ਬਸ ਜਦੋਂ ਜ਼ਿੰਮੇਵਾਰੀ ਆਏਗੀ ਨਾ ਉਹ ਆਟੋਨੋਮੀ ਹੋਏਗਾ। ਇੱਕ ਬੱਚਾ ਚੰਗਾ ਕੰਮ ਕਰ ਰਿਹਾ ਤਾਂ ਵੀ ਜ਼ਿੰਮੇਵਾਰ ਹੈ, ਗਲਤ ਕੰਮ ਕਰ ਰਿਹਾ ਨੈਤਿਕਤਾ ਨਹੀਂ ਦਿਖਾ ਰਿਹਾ ਤਾਂ ਵੀ ਉਹ ਜ਼ਿੰਮੇਵਾਰ ਹੈ। ਤਿੰਨ ਪੁਆਇੰਟਸ ਸਿੱਧੇ ਬਣਦੇ ਆ, ਕਿਹੜੇ ਕਿਹੜੇ, ਜਿੱਥੇ ਬੱਚਾ ਨੈਤਿਕ ਵੀ ਨਹੀਂ ਹੁੰਦਾ, ਬੱਚੇ ਨੂੰ ਨੈਤਿਕਤਾ ਤਾਂ ਪਤਾ ਹੀ ਨਹੀਂ ਕੀ ਹੁੰਦੀ ਹੈ, ਹਨਾ, ਉਹਨੂੰ ਆਪਦੇ ਬਸ ਖੇਡਣ ਦਾ ਮਤਲਬ ਹੈ, ਜੇ ਉਹਨੂੰ ਦੁੱਖ ਲੱਗਿਆ ਕਿਸੇ ਚੀਜ਼ ਦੇ ਵਿੱਚੋਂ ਤਾਂ ਸਮਝ ਲਓ ਆਟੋਨੋਮੀ ਸਟੇਜ ਹੋਊ। ਫਿਰ ਇੱਕ ਬੱਚਾ ਇਨਾਮ ਤੇ ਸਜ਼ਾ ਲੈਣ ਦਾ ਹੱਕਦਾਰ ਆ, ਉਹ ਹੈਟਰੋਨੋਮੀ ਅਥਾਰਟੀ ਹੈ ਜੀ, ਇਹੀ ਇਹਦਾ ਮੀਨਿੰਗ ਹੈ। ਇੱਕ ਬੱਚਾ ਹਮ ਉਮਰ ਸਾਥੀਆਂ ਦੇ ਨਾਲ ਨੈਤਿਕਤਾ ਦਿਖਾਉਂਦਾ ਹੈ, ਉਹ ਹੈਟਰੋਨੋਮੀ ਰੈਸੀਪ੍ਰੋਸਿਟੀ ਹੈ ਜੀ, ਠੀਕ ਹੈ। ਪੀਅਰ ਗਰੁੱਪ, ਸੇਮ ਏਜ ਗਰੁੱਪ। ਇੱਕ ਬੱਚਾ ਰਿਸਪੋਂਸੀਬਲ ਆ, ਆਪਣੇ ਕੰਮ ਦੇ ਲਈ ਜ਼ਿੰਮੇਵਾਰ ਆ, ਉਹ ਕਿੱਥੇ ਹੋਊਗਾ ਜੀ, ਆਟੋਨੋਮੀ ਦੇ ਵਿੱਚ। ਜਿਵੇਂ ਇੱਕ ਆਟੋ ਸ਼ਬਦ ਆ ਗਿਆ ਨਾ, ਆਟੋ, ਆਟੋ ਚਲਾਉਣ ਵਾਲਾ ਬੰਦਾ ਜ਼ਿੰਮੇਵਾਰ ਹੁੰਦਾ ਹੈ, ਇਹਦੇ ਤੋਂ ਯਾਦ ਕਰੋ, ਠੀਕ ਹੈ, ਉਹਨੂੰ ਆਟੋਨੋਮੀ ਕਿਹਾ ਜਾਂਦਾ ਜਿਹਦੇ ਵਿੱਚ ਰਿਸਪੋਂਸੀਬਿਲਟੀ ਆ। ਕਲੀਅਰ ਹੋ ਗਿਆ? ਆਟੋਨੋਮੀ, ਹੈਟਰੋਨੋਮੀ ਐਂਡ ਆਟੋਨੋਮੀ, ਦੀਜ਼ ਆਰ ਦਾ ਥ੍ਰੀ ਪਾਰਟਸ। ਕਦੇ ਕਦੇ ਚਾਰ ਪਾਰਟਸ ਵੀ ਲਿਖ ਦੇਣਗੇ, ਉਹ ਹੈਟਰੋਨੋਮੀ ਦਾ ਅਥਾਰਟੀ ਵੀ ਪਾ ਦੇਣਗੇ, ਹੈਟਰੋਨੋਮੀ ਦਾ ਰੈਸੀਪ੍ਰੋਸਿਟੀ ਵੀ ਪਾ ਦੇਣਗੇ, ਤਾਂ ਵੀ ਤੁਸੀਂ ਕਲੀਅਰ ਹੋ ਜਾਣਾ ਚਾਹੀਦਾ ਤੁਹਾਨੂੰ ਕਿ ਇਹ ਥਿਊਰੀ ਕਿਹਦੀ ਆ ਅਤੇ ਕਿਹਦੇ ਕੁਐਸਚਨ ਪੁੱਛੇ ਗਏ ਨੇ ਸਾਨੂੰ, ਜੇ ਇਹ ਥਿਊਰੀ ਦਾ ਮੇਨ ਮਕਸਦ ਕੀ ਹੈ। ਇਹ ਕਹਿੰਦਾ ਵੀ ਨੈਤਿਕਤਾ ਹੁੰਦੀ ਹੈ ਬੱਚੇ ਦੇ ਵਿੱਚ, ਠੀਕ ਹੈ। ਉਸ ਤੋਂ ਬਾਅਦ ਤਿੰਨ ਚਾਰ ਚੀਜ਼ਾਂ ਇਹਦੇ ਦੁਆਰਾ ਹੋਰ ਦੱਸੀਆਂ ਜਾਂਦੀਆਂ ਜੀ। ਮੇਨ ਥਿਊਰੀ ਹੈ ਜਿਹੜੀ ਇੱਥੋਂ ਤੱਕ ਹੀ ਹੈ ਜੀ, ਇਹਨਾਂ ਦੇ ਵਿੱਚੋਂ ਹੀ ਪੁੱਛ ਲਿਆ ਜਾਂਦਾ ਕੁਐਸਚਨ ਸਾਨੂੰ। ਈਗੋਸੈਂਟ੍ਰਿਸਿਟੀ ਵਰਡ ਆ ਜੀ, ਇਹਦਾ ਮੀਨਿੰਗ, ਇਹ ਪਿਆਜੇ ਦੀ ਥਿਊਰੀ ਦੇ ਅਲੱਗ ਵਿਊਜ਼ ਹੈ। ਪਿਆਜੇ ਦੇ ਵਿਊ ਅਕੋਰਡਿੰਗ ਟੂ ਥਿਊਰੀ, ਈਗੋਸੈਂਟ੍ਰਿਸਿਟੀ ਆ ਜੀ। ਈਗੋਸੈਂਟ੍ਰਿਸਿਟੀ ਦਾ ਮਤਲਬ ਹੁੰਦਾ ਆਤਮ ਕੇਂਦਰਤਾ, ਕਹਿੰਦਾ ਮਤਲਬ ਜਿਹੜਾ ਕੰਮ ਬੱਚੇ ਨੂੰ ਚੰਗਾ ਲੱਗੂਗਾ ਉਹੀ ਕਰੂਗਾ, ਤੁਸੀਂ ਜਿੰਨਾ ਮਰਜ਼ੀ ਜ਼ੋਰ ਲਾ ਲਓ, ਠੀਕ ਹੈ। ਈਗੋਸੈਂਟ੍ਰਿਸਿਟੀ ਆਤਮ ਕੇਂਦਰਤਾ, ਆਪਣੇ ਆਪ ਨੂੰ ਕੇਂਦਰ ਬਣ ਕੇ ਚੱਲਣਾ ਜੀ, ਉਹਨੇ ਤੁਹਾਡੀ ਨਹੀਂ ਸੁਣਨੀ, ਠੀਕ ਹੈ। ਫਿਰ ਉਸ ਤੋਂ ਬਾਅਦ ਸੋਸ਼ਲ ਸੈਂਟ੍ਰਿਸਿਟੀ ਹੁੰਦਾ ਜੀ, ਸੋਸ਼ਲ ਸੈਂਟ੍ਰਿਸਿਟੀ ਦੇ ਵਿੱਚ ਕੀ ਹੁੰਦਾ, ਉਦੋਂ ਬੱਚਾ ਸਮਾਜ ਕੇਂਦਰਤ ਹੁੰਦਾ ਜੀ, ਉਦੋਂ ਸਮਾਜ ਦੇ ਸਾਹਮਣੇ ਮਤਲਬ ਸਮਾਜ ਨੂੰ ਜਿਹੜੀ ਚੀਜ਼ ਚੰਗੀ ਲੱਗੂਗੀ ਉਹ ਕਰਕੇ ਦਿਖਾਊਗਾ ਜੀ, ਉਹਨੂੰ ਸੋਸ਼ਲ ਸੈਂਟ੍ਰਿਸਿਟੀ। ਠੀਕ ਹੈ, ਬਸ ਇਹ ਦੋ, ਇੱਕ ਦੋ ਪੁਆਇੰਟ। ਇੱਕ ਸੋਸ਼ਲ ਰੈਟਰੀਬਿਟਿਵ ਹੁੰਦਾ, ਬਸ ਬੱਚਾ ਕੀ ਹੁੰਦਾ ਉਹਦੇ ਵਿੱਚ, ਇਹ ਜਿਹੜੀ ਚੀਜ਼ ਕਰਦਾ ਉਹ ਉਸੇ ਚੀਜ਼ ਦਾ ਹੱਕਦਾਰ ਹੁੰਦਾ। ਮੇਨ ਜਿਹੜਾ ਪੋਰਸ਼ਨ ਥਿਊਰੀ ਦਾ ਬਣਦਾ ਉਹ ਆਟੋਨੋਮੀ ਦਾ ਬਣੂਗਾ ਜੀ, ਇੱਕ ਬਣੇਗਾ ਹੈਟਰੋਨੋਮੀ ਦਾ ਬਣੇਗਾ, ਠੀਕ ਹੈ, ਇੱਕ ਬਣੇਗਾ ਆਟੋਨੋਮੀ ਦਾ। ਆਹ ਤਿੰਨ ਵਰਡ ਕਿਤੇ ਵੀ ਕੁਐਸਚਨ ਦੇ ਵਿੱਚ ਇਕੱਠੇ ਮਿਲਦੇ ਆ ਤਾਂ ਆਨਸਰ ਤੁਹਾਡਾ ਜਾਂ ਤਾਂ ਜੀਵ ਪੈਜੇ ਹੋਏਗਾ ਜਾਂ ਫਿਰ ਆਨਸਰ ਤੁਹਾਡਾ ਮੋਰਲ ਡਿਵੈਲਪਮੈਂਟ ਆਫ ਜੀਨ ਪੇਜ ਹੋਏਗਾ। ਕਲੀਅਰ? ਠੀਕ ਹੈ ਜੀ, ਲਓ ਨਿਕਲ ਦਾ ਕਲਾਸ ਸੀਗੀ ਤੁਹਾਡੀ ਅੱਜ, ਦੇਖੋ ਕੋਈ ਡਾਊਟ ਹੈ ਤਾਂ ਕਲੀਅਰ।